ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਅਤੇ ਮੈਂ ਹਾਂ ਗਗਨਦੀਪ ਸਿੰਘ। ਕਿਸਾਨਾਂ ਦੇ ਉੱਤੇ ਪ੍ਰਸ਼ਾਸਨ ਵੱਲੋਂ ਸਖਤੀ ਵਿਖਾਉਂਦੇ ਆਥਰੂ ਗੈਸ ਦੇ ਗੋਲੇ ਦਾਗੇ ਗਏ, ਸਖਤੀ ਕੀਤੀ ਗਈ, ਖਦੇੜਨ ਵਾਸਤੇ ਕਾਰਵਾਈ ਜਿਹੜੀ ਹੈ ਕੀਤੀ ਗਈ ਸੀ 11 ਵਜੇ ਕਿਹਾ ਜਾਂਦਾ ਹੈ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਕੂਚ ਕਰਾਂਗੇ, ਪਰ ਇੱਕ ਵਾਰ ਫਿਰ ਕੇਂਦਰੀ ਮੰਤਰੀ ਦਾ ਸੱਦਾ ਆ ਜਾਂਦਾ, ਪਰ ਇਸੇ ਦੌਰਾਨ ਕਿਸਾਨਾਂ ਦੇ ਉੱਤੇ ਜਿੱਥੇ ਆਥਰੂ ਗੈਸ ਦੇ ਗੋਲੇ ਦਾਗੇ ਗਏ ਉੱਥੇ ਹੀ ਕਿਸਾਨਾਂ ਵੱਲੋਂ ਇਹ ਦੋਸ਼ ਵੀ ਲਗਾਇਆ ਜਾਂਦਾ ਕਿ ਪ੍ਰਸ਼ਾਸਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਮਨ ਸਿੰਘ ਜੋ ਕਿ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ, ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ, ਮੌਤ ਹੋ ਗਈ ਹੈ। ਅਤੇ ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਫਿਲਮੀ ਐਕਟਰ ਅਤੇ ਨਾਲ ਹੀ ਮਹਿਲਾ ਕਿਸਾਨ ਆਗੂ ਸੋਨੀਆ ਮਾਨ, ਜਿਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੀ ਹਰ ਵਾਰ ਸਪੋਰਟ ਕੀਤੀ ਜਾਂਦੀ ਰਹੀ ਹੈ, ਉਹ ਵੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਪਹੁੰਚੇ ਸਨ ਬਾਰਡਰ ਦੇ ਉੱਤੇ, ਜਿੱਥੇ ਅਥਰੂ ਗੈਸ ਦੇ ਗੋਲਿਆਂ ਦਾ ਜਿਹੜਾ ਹੈ ਮੀਂਹ ਵਰਿਆ ਅਤੇ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਹੋ ਗਈ ਸੀ। ਦੱਸਿਆ ਵੀ ਜਾਂਦਾ ਹੈ ਕਿ ਜਦੋਂ ਬਾਰਡਰ ਦੇ ਪਹੁੰਚੇ ਸਨ ਤਾਂ ਉਹਨਾਂ ਦੇ ਨਾਲ ਬਜ਼ੁਰਗ ਵੀ ਕਈ ਸਨ ਅਤੇ ਜਿਨ੍ਹਾਂ ਦੇ ਪੈਰਾਂ ਦੇ ਲਾਗੇ ਆ ਗਏ ਅਥਰੂ ਗੈਸ ਦੇ ਗੋਲੇ ਫਟੇ। ਸੋਨੀਆ ਮਾਨ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਅੰਦੋਲਨ ਦੇ ਵਿੱਚ ਗਏ ਹਾਂ ਪਾਣੀ ਦੀਆਂ ਬੁਛਾੜਾਂ ਤਾਂ ਜ਼ਰੂਰ ਦੇਖੀਆਂ, ਪਰ ਇਸ ਵਾਰ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਸਰਕਾਰ ਜਿਹੜੀ ਆ ਲੋਕਤੰਤਰ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆ ਰਹੀ ਹੈ। ਗੱਲਬਾਤ ਕਰਦੇ ਹਾਂ ਸੋਨੀਆ ਮਾਨ ਹੋਣਾ ਦੇ ਨਾਲ, ਕੀ ਕਹਿੰਦੇ ਨੇ ਜੀ? ਸੋਨੀਆ ਮੈਮ, ਤੁਸੀਂ ਫਿਲਮੀ ਐਕਟਰ ਵੀ ਹੋ, ਕਿਸਾਨ ਮਹਿਲਾ ਆਗੂ ਵੀ ਹੋ, ਤੇ ਕਿਵੇਂ ਤੁਸੀਂ ਅੱਜ ਮਾਹੌਲ ਵੇਖਦੇ ਹੋ? ਖਨੌਰੀ ਬਾਰਡਰ ਤੇ ਗਏ ਸੀ, ਕੀ ਉੱਥੇ ਦੇ ਹਾਲਾਤ ਨੇ, ਕੀ ਤੁਸੀਂ ਉੱਥੇ ਜਿਹੜਾ ਹੈ ਅਬਜ਼ਰਵ ਕੀਤਾ ਹੈ? ਬਹੁਤ ਹੀ ਮਾੜਾ ਮਾਹੌਲ ਹੈ ਉੱਥੇ। ਐ ਲੱਗਦਾ ਹੈ ਕਿ ਜਿਵੇਂ ਅਸੀਂ ਲੋਕਤੰਤਰ ਦੇਸ਼ 'ਚ ਨਹੀਂ ਰਹਿੰਦੇ, ਡਿਕਟੇਟਰਸ਼ਿਪ ਦੇ ਹੇਠ ਰਹਿੰਦੇ ਹਾਂ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਨਾ ਅਲਾਊਡ ਹੁੰਦਾ ਹੈ। ਬਟ ਇੱਥੇ ਸਾਡੇ ਫਾਰਮਰਸ ਪੀਸਫੁਲ ਪ੍ਰੋਟੈਸਟ ਕਰ ਰਹੇ ਹੈ, ਉਹਨਾਂ ਦੇ ਕੋਲ ਸਿਰਫ ਡੰਡਾ ਹੈ ਤੇ ਝੰਡਾ ਹੈ, ਪਰ ਅਗਲੇ ਲੋਕਾਂ ਜਿਹੜੀ ਆਰਮੀ ਖੜੀ ਕੀਤੀ ਹੈ ਉਹਨਾਂ ਦੇ ਕੋਲ ਬੰਦੂਕਾਂ ਵੀ ਨੇ, ਉਹਨਾਂ ਦੇ ਕੋਲ ਆਸੂ ਗੈਸ ਦੇ ਜ਼ਹਿਰੀਲੇ ਗੋਲੇ ਨੇ ਜਿਹੜੇ ਉਹਨਾਂ ਨੇ ਅੱਜ ਕਿਸਾਨਾਂ ਦੇ ਉੱਤੇ ਸੁੱਟੇ। ਮੇਰੀ ਜ਼ਿੰਦਗੀ ਦਾ ਪਹਿਲੀ ਵਾਰ ਦਾ ਐਕਸਪੀਰੀਅੰਸ ਹੈ ਕਿ ਮੈਂ ਪਿਛਲਾ ਅੰਦੋਲਨ ਜ਼ਰੂਰ ਦੇਖਿਆ ਪਰ ਉਦੋਂ ਪਾਣੀ ਦੀਆਂ ਬੁਛਾਰਾਂ ਹੀ ਦੇਖੀਆਂ ਸੀਗੀਆਂ, ਬਟ ਆਸੂ ਗੈਸ ਦੇ ਗੋਲੇ ਬਾਰੇ ਸੁਣਿਆ ਸੀਗਾ ਬਟ ਆਪ ਨੀ ਕਦੇ ਹੰਡਾਇਆ ਸੀਗਾ। ਬਟ ਪਹਿਲੀ ਵਾਰੀ ਮੈਂ ਜਦੋਂ ਖੁਦ ਹੰਡਾਇਆ ਤੇ ਮੈਨੂੰ ਪਤਾ ਲੱਗਾ ਵੀ ਲਈ ਕਿੰਨਾ ਖਤਰਨਾਕ ਗੈਸ ਹੈ ਕਿ ਜਿਹੜੀ ਅੱਖਾਂ ਬੰਦ ਹੋ ਜਾਂਦੀਆਂ, ਤੁਹਾਨੂੰ ਕੁਛ ਦੇਖਦਾ ਨਹੀਂ ਹੈ, ਔਰ ਤੁਹਾਡੇ ਸਾਹ ਵੀ ਆਉਣਾ ਬੰਦ ਹੋ ਜਾਂਦਾ, ਤੁਹਾਡੀ ਚੈਸਟ ਤੱਕ ਗੈਸ ਚਲ ਜਾਂਦੀ ਹੈ, ਔਰ ਮਤਲਬ ਬਹੁਤ ਬੁਰਾ ਹਾਲ ਹੁੰਦਾ। ਤੇ ਤੁਸੀਂ ਆਪ ਸੋਚੋ ਕਿ ਬਜ਼ੁਰਗਾਂ ਦਾ ਕੀ ਹਾਲ ਹੁੰਦਾ ਹੋਊਗਾ, ਕਿੰਨੀ ਡੇਂਜਰਸ ਚੀਜ਼ਾਂ ਜਿਹੜੀ ਗਵਰਨਮੈਂਟ ਹੈ ਸਾਡੇ ਤੇ ਯੂਜ਼ ਕਰ ਰਹੀ ਹੈ। ਜੀ ਬਿਲਕੁਲ, ਤੁਸੀਂ ਪਿਛਲੀ ਵਾਰ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ, ਸਪੋਰਟ ਕੀਤੀ ਸੀ, ਪਰ ਇੱਕ ਵਾਰ ਇਸੇ ਜੇ ਗੱਲ ਕੀਤੀ ਜਾਵੇ ਹਾਈ ਕੋਰਟ ਦੀ, ਤਾਂ ਉਹਨਾਂ ਵੱਲੋਂ ਹਰਿਆਣਾ ਸਰਕਾਰ ਨੂੰ ਇੱਕ ਫਿਟਕਾਰ ਵੀ ਕਹਿ ਸਕਦੇ ਹਾਂ ਕਿ ਮਾਰੀ ਗਈ ਸੀ ਕਿ ਹਰਿਆਣੇ ਦੇ ਵਿੱਚ ਅੰਦੋਲਨ ਨਹੀਂ ਕਰ ਰਹੇ ਕਿਸਾਨ, ਸਿਰਫ ਦਿੱਲੀ ਜਾ ਕੇ ਅੰਦੋਲਨ ਕਰਨਗੇ, ਹਰਿਆਣੇ ਦੇ ਵਿੱਚੋਂ ਸਿਰਫ ਲੰਘਣਾ ਹੈ, ਤੇ ਕਿਵੇਂ ਵੇਖਦੇ ਹੋ ਕਿ ਜੇ ਗੱਲ ਕਰੀ ਜਾਵੇ ਕਿ ਹਰਿਆਣੇ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਕਿਸਾਨ ਜਿਹੜੇ ਨੇ ਕਾਨੂੰਨੀ ਵਿਵਸਥਾ ਜਿਹੜੀ ਉਹ ਭੰਗ ਕਰਦੇ ਨੇ, ਪਰ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਵੱਲੋਂ ਹਾਈ ਕੋਰਟ ਦੇ ਵੀ ਜਿਹੜੇ ਆਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ? ਬਿਲਕੁਲ ਸਹੀ ਕਿਹਾ ਤੁਸੀਂ, ਜੋ ਕੁਛ ਵੀ ਕੀਤਾ ਜਾ ਰਿਹਾ ਉਹ ਸਰਕਾਰਾਂ ਵੱਲੋਂ ਹੀ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ। ਕਿਸਾਨ ਵਿਚਾਰੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ, ਅੱਜ ਵੀ ਪੀਸਫੁਲ ਮਾਹੌਲ ਸੀਗਾ, ਇਹਨਾਂ ਨੇ ਪਾਣੀ ਦੀਆਂ ਬੁਛਾਰਾਂ ਮਾਰਨੀਆਂ ਸ਼ੁਰੂ ਕਰਤੀਆਂ, ਉਸ ਤੋਂ ਬਾਅਦ ਇਹਨਾਂ ਨੇ ਆਸੂ ਗੈਸ ਤੇ ਗੋਲੇ ਸੱਟਣੇ ਸ਼ੁਰੂ ਕਰ ਦਿੱਤੇ। ਕਿੰਨੇ ਬਜ਼ੁਰਗ ਵਿਚਾਰੇ ਉੱਥੇ ਉਹਨਾਂ ਫੱਟਰ ਹੋਏ, ਉਹਨਾਂ ਦੇ ਸੱਟ ਲੱਗੀ, ਮੇਰੇ ਨਾਲ ਬਜ਼ੁਰਗ ਖੜੇ ਸੀਗੇ ਉਹ ਥੱਲੇ ਡਿੱਗੇ, ਉਹਨਾਂ ਦੇ ਪੈਰਾਂ ਦੇ ਲਾਗੇ ਆਸੂ ਗੈਸ ਦਾ ਗੋਲਾ ਡਿੱਗਾ, ਉਹਦੇ ਬਰਛੇ ਮੇਰੇ ਵੀ ਲੱਤ ਤੇ ਲੱਗੇ ਆ, ਉਹਨਾਂ ਦਾ ਤੇ ਪੈਰ ਹੀ ਉੱਡ ਗਿਆ ਇੱਕ ਹਿਸਾਬ ਨਾਲ। ਸੋ ਤੁਸੀਂ ਸੋਚੋ ਵੀ ਅੱਗੋਂ ਕਿੰਨੇ ਭੱਜਦੇ ਲੋਕੀ ਆਏ, ਉਹ ਪਿੱਛੇ ਉਹਨਾਂ ਦੇ ਉੱਤੋਂ ਦੀ ਚੜ ਕੇ ਚਲੇ ਗਏ। ਮਤਲਬ ਬਹੁਤ ਔਖਾ ਆ, ਇਹ ਕਹਿਣਾ ਬਹੁਤ ਸੌਖਾ ਘਰੇ ਬੈਠ ਕੇ,
ਜੀ ਫਾਰਮਰ ਸਾਡਾ ਸਲਿਊਟ ਆ ਉਹ ਬਜ਼ੁਰਗਾਂ ਦਾ, ਬਜ਼ੁਰਗਾਂ ਵਾਸਤੇ ਹਨਾ, ਜੀ ਜਿਹੜੇ ਵਿਚਾਰੇ ਇੰਨਾ ਕੁਝ ਸਹਿ ਰਹੇ ਨੇ ਉੱਥੇ ਬੈਠੇ ਹੋਏ। ਜੀ ਬਿਲਕੁਲ, ਤੇ ਜਿਵੇਂ ਅੱਜ ਦੀ ਕਾਰਗੁਜ਼ਾਰੀ ਰਹੀ ਆ, ਇੱਕ ਨੌਜਵਾਨ ਦੀ ਮੌਤ ਵੀ ਹੁੰਦੀ ਆ, ਬਠਿੰਡੇ ਦਾ ਨੌਜਵਾਨ ਸੀ 20-21 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ, ਪਿੱਛੇ 2-3 ਭੈਣਾਂ ਹੈ ਉਹਨਾਂ ਨੂੰ ਛੱਡ ਗਿਆ, ਤੇ ਇੱਕ ਪੀਸਫੁਲ ਲੋਕ ਜਿਹੜਾ ਸਾਡਾ ਹੱਕ ਹੈ ਪੀਸਫੁਲ ਜਿਹੜਾ ਪ੍ਰਦਰਸ਼ਨ ਕਰਨ ਦਾ, ਤੇ ਉਹਦੇ ਉੱਤੇ ਵੀ ਜਦੋਂ ਅਜਿਹਾ ਅਤਿਆਚਾਰ ਹੋ ਜਾਂਦਾ, ਅਜਿਹਾ ਜਦੋਂ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ, ਤੇ ਕਿਵੇਂ ਵੇਖਦੇ ਹੋ ਲੋਕਤੰਤਰ ਨੂੰ? ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਵੇਖੋ ਪੰਜਾਬ ਸਰਕਾਰ ਨੂੰ ਐਕਸ਼ਨ ਲੈਣ ਦੀ ਲੋੜ ਹੈ। ਔਰ ਪੰਜਾਬ ਸਰਕਾਰ ਜਿੱਥੇ ਦਾਅਵੇ ਦਿੰਦੀ ਹੈ ਕਿ ਉਹ ਫਾਰਮਰ ਪ੍ਰੋਟੈਸਟ ਨੂੰ, ਕਿਸਾਨਾਂ ਨੂੰ ਸਪੋਰਟ ਕਰ ਰਹੀ ਹੈ, ਤੇ ਫਿਰ ਪੂਰੇ ਤਰੀਕੇ ਦੇ ਨਾਲ ਸਪੋਰਟ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ। ਕਿਸਾਨਾਂ ਦੀਆਂ ਜੇਸੀਬੀਆਂ ਨਹੀਂ ਰੋਕਣੀਆਂ ਚਾਹੀਦੀਆਂ, ਕਿਸਾਨਾਂ ਦੇ ਹੱਕ 'ਚ ਖੜ ਕੇ ਅੱਗੇ ਆਉਣਾ ਚਾਹੀਦਾ ਹੈ। ਜਿਵੇਂ ਇੱਕ ਬੱਚੇ ਨੂੰ ਗੋਲੀ ਲੱਗੀ ਹੈ, ਵੇਖੋ ਅਸੀਂ ਕੋਈ ਬਾਰਡਰਾਂ ਦੇ ਉੱਤੇ ਤਾਂ ਨਹੀਂ ਹੈ ਨਾ, ਇਹਨਾਂ ਨੇ ਤੇ ਬਾਰਡਰਾਂ ਵਾਲੇ ਹਾਲਾਤ ਬਣਾ ਤੇ ਕਿ ਜਿਵੇਂ ਅਸੀਂ ਦੂਜੇ ਦੇਸ਼ ਤੋਂ ਹੁੰਦੇ ਹਾਂ ਤੇ ਸਾਡੇ ਉੱਤੇ ਗੋਲੀਆਂ ਚਲਾ ਰਹੇ ਨੇ। ਮੇਰੀ ਅੱਖਾਂ ਦੀ ਗੱਲ ਹੈ ਵੇਖਣ ਦੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ, ਇੱਕ ਮੁੰਡਾ ਇਹ ਪਾਣੀ ਸੁੱਟ ਰਹੇ ਸੀਗੇ, ਇੱਕ ਮੁੰਡੇ ਨੇ ਪਾਣੀ ਅੱਗੋਂ ਸੁੱਟਿਆ ਆਪਣੀ ਟਰੈਕਟਰ ਤੋਂ, ਇਹਨਾਂ ਨੇ ਉਹਦਾ ਟਰੈਕਟਰ ਸਾਰਾ ਤੋੜਤਾ, ਉਸ ਮੁੰਡੇ ਨੂੰ ਚੱਕ ਕੇ ਲੈ ਗਏ, ਉਹਨੂੰ ਬਹੁਤ ਕੁੱਟਮਾਰ ਕੀਤੀ ਉਹਦੇ ਨਾਲ, ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਗੋਲੀਆਂ ਚਲਾਈਆਂ ਨੇ। ਉਹ ਜਦੋਂ ਇਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਸੀਗੀਆਂ, ਕਿਉਂਕਿ ਗੋਲੀਆਂ ਦੀ ਤੇ ਆਸੂ ਗੈਸ ਤੇ ਗੋਲੀਆਂ ਦੀ ਆਵਾਜ਼ ਸੇਮ ਸੀਗੀ ਉਸ ਤਰੀਕੇ ਨਾਲ, ਜਦੋਂ ਇਹਨਾਂ ਨੇ ਗੁਛਾਰ ਕਰਨੀ ਸ਼ੁਰੂ ਕੀਤੀ ਉਦੋਂ ਸਾਰੇ ਭੱਜ ਰਹੇ ਸੀਗੇ, ਕੋਈ ਵੀ ਨੀ ਦੇਖ ਰਿਹਾ ਸੀਗਾ ਪਿੱਛੇ ਮੁੜ ਕੇ, ਕਿਉਂਕਿ ਕੁਛ ਦਿਖ ਹੀ ਨੀ ਰਿਹਾ ਸੀਗਾ, ਅੱਖਾਂ ਹੀ ਨੀ ਖੁੱਲ ਰਹੀਆਂ ਸੀਗੀਆਂ ਕਿਸੇ ਦੀਆਂ, ਕੋਈ ਥੱਲੇ ਡਿੱਗ ਗਿਆ, ਕੋਈ ਅੱਗੇ ਚਲੇ ਗਿਆ, ਹਰ ਕੋਈ ਹਫੜਾ ਦਬੜੀ ਦੇ ਵਿੱਚ ਪਾਣੀ ਲੱਭ ਰਿਹਾ ਸੀਗਾ, ਕਿਉਂਕਿ ਹਰ ਕਿਸੇ ਨੂੰ ਪਾਣੀ ਚਾਹੀਦਾ ਸੀਗਾ ਅੱਖਾਂ 'ਚ ਮਾਰਨ ਲਈ ਜਾਂ ਫਿਰ ਗਲੇ ਦੇ ਮੂੰਹ ਥਾਣੀ ਜਾਣ ਵਾਸਤੇ, ਕਿਉਂਕਿ ਸਾਹ ਵੀ ਨਹੀਂ ਆ ਰਿਹਾ ਸੀਗਾ। ਜੀ ਬਿਲਕੁਲ ਸੋਨੀਆ ਜੀ, ਤੇ ਜਿਵੇਂ ਹੁਣ ਹਾਲਾਤ ਬਣੇ ਹੋਏ ਨੇ, ਜਿਹੜੇ ਹਿਸਾਬ ਦੇ ਨਾਲ ਸਖਤੀ ਕੀਤੀ ਜਾ ਰਹੀ ਹੈ, ਕੀ ਲੱਗਦਾ ਹੈ ਕਿ ਦਿੱਲੀ ਚਲੋ ਦੀ ਜਿਹੜੀ ਕਾਲ ਹੈ ਉਹ ਸਫਲ ਰਹੇਗੀ? ਦੇਖੋ ਜੀ, ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੇ ਬਹੁਤ ਹੀ ਜ਼ਿਆਦਾ ਨਾਇਨਸਾਫੀ ਕਰਨ ਦਾ ਰੁੱਖ ਕਰ ਲਿਆ ਆ। ਸੋ ਮੈਂ ਇਹ ਅਸੀਂ ਸਾਡੀ ਤੇ ਇੰਟਰਨੈਸ਼ਨਲ ਮੀਡੀਆ ਦੇ ਅੱਗੇ ਦਰਖਾਸਤ ਹੈ ਵੀ ਇੰਟਰਨੈਸ਼ਨਲ ਜਿੰਨੇ ਵੀ ਸਾਡੇ ਉੱਥੇ ਲੋਕੀ ਬੈਠੇ ਨੇ ਕਿ ਉਹ ਕਵਰੇਜ ਕਰਨ, UN ਤੱਕ ਇਹ ਗੱਲ ਪਹੁੰਚਾਉਣ ਕਿ ਸਾਡੇ ਡੈਮੋਕ੍ਰੇਟਿਕ ਢਾਂਚੇ ਦੇ ਵਿੱਚ ਇਹੋ ਜਿਹੇ PM ਨੇ ਜਿਹੜੇ ਕਿ ਕਿਸਾਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਅਤਿਆਚਾਰ ਕਰ ਰਹੇ ਨੇ, ਇਸ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਨੇ, ਹਨਾ, ਜਦਕਿ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਔਰ ਅਸੀਂ ਤੇ ਮੈਂ ਸੱਚੀ ਦਿਲੋਂ ਕਵਾਂ ਤੇ ਮੈਨੂੰ ਆਗੂਆਂ ਨੂੰ ਇਹ ਕਹਿਣਾ ਮੈਂ ਕਹਿਣਾ ਚਾਹੁੰਦੀ ਹਾਂ ਵੀ ਤੁਸੀਂ ਪੰਜਾਬ ਦੇ ਸਾਰੇ ਰਸਤੇ ਬੰਦ ਕਰ ਦਿਓ, ਜਿਹਦੇ ਨਾਲ ਤਿੰਨ ਸਟੇਟਾਂ ਇਹਨਾਂ ਦੀਆਂ ਜਿਹੜੀਆਂ ਜੰਮੂ, ਹਿਮਾਚਲ ਤੇ ਰਾਜਸਥਾਨ ਦਾ ਵੀ ਪਾਰ ਇਫੈਕਟ ਹੋਊਗਾ, ਤੇ ਉਹਦੇ ਨਾਲ ਵੀ ਪੀਸਫੁਲ ਚੱਲ ਸਕਦੇ, ਕਿਉਂਕਿ ਅੱਗੇ ਜਾਣਗੇ ਅੱਜ ਇੱਕ ਬੱਚੇ ਦੀ ਜਾਣ ਗਈ ਹੈ, ਇਹਨਾਂ ਨੇ ਪਤਾ ਨੀ ਕਿੰਨੀਆਂ ਸਾਜਿਸ਼ਾਂ ਸਾਡੇ ਵਾਸਤੇ ਰੱਖ ਕੇ ਰੱਖੀਆਂ ਨੇ, ਬਹੁਤ ਔਖਾ ਆ। ਮੇਰੀ ਇੰਨੀ ਹਾਲਤ ਖਰਾਬ ਹੋ ਗਈ, ਮੈਂ ਮੇਰੀ ਗਲੇ ਚ ਦਰਦ ਹੋ ਰਹੀ ਹੈ, ਚੈਸਟ ਪੇਨ ਹੋ ਰਹੀ ਹੈ ਹਜੇ ਤੱਕ, ਮਤਲਬ ਉਸ ਗੈਸ ਕਰਕੇ, ਤੁਸੀਂ ਸੋਚੋ ਇਹ ਕਿਵੇਂ ਸਾਹਮਣਾ ਕਰਨਗੇ, ਜਾਂ ਤੇ ਸਾਡੇ ਕੋਲ ਵੀ ਉਸੇ ਤਰੀਕੇ ਦੇ ਆਸੂ ਗੈਸ ਦੇ ਗੋਲੇ ਹੋਣ, ਸਾਡੇ ਕੋਲ ਵਧੀਆ ਮਾਸਕ ਹੋਣ, ਔਰ ਸਾਡੇ ਕੋਲ ਸਨ ਗਲਾਸਿਸ ਉਸ ਤਰੀਕੇ ਦੇ ਹੋਣ ਕਿ ਸਾਨੂੰ ਕੋਈ ਚੀਜ਼ ਅਫੈਕਟ ਨਾ ਕਰੇ। ਜੀ ਤੇ ਬਿਲਕੁਲ ਸੋਨੀਆ ਜੀ, ਦੂਜੇ ਪਾਸੇ ਜੇ ਗੱਲ ਕਰੀ ਜਾਵੇ ਕਿ ਅਰਜੁਨ ਮੁੰਡਾ ਹੋਣਾ ਵੱਲੋਂ ਇੱਕ ਵਾਰ ਫੇਰ ਕਾਲ ਦਿੱਤੀ ਗਈ ਹੈ ਬੈਠਣ ਵਾਸਤੇ, ਗੱਲਬਾਤ ਕਰਨ ਵਾਸਤੇ, ਇਹੋ ਜਿਹੇ ਲੋਕਾਂ ਦੇ ਨਾਲ ਮੈਨੂੰ ਲੱਗਦਾ ਕੋਈ ਬੈਠਣਾ ਨੀ ਚਾਹੀਦਾ, ਕੋਈ ਕਾਲ ਨੀ ਇਹਨਾਂ ਦੀ ਐਕਸੈਪਟ ਕਰਨੀ ਚਾਹੀਦੀ, ਬਸ BJP ਬਾਈਕਾਟ ਦਾ ਨਾਰਾ ਲਾਉਣਾ ਚਾਹੀਦਾ, ਸਾਨੂੰ ਇਹ ਜੀ ਸਰਕਾਰ ਚਾਹੀਦੀ ਨੀ ਇੰਡੀਆ ਦੇ ਵਿੱਚ ਜਿਹੜੀ ਇਸ ਤਰੀਕੇ ਦਾ ਵਰਤਾਰਾ ਕਰੇ ਔਰ ਇਸ ਤਰੀਕੇ ਦੀਆਂ ਕੰਸਪੀਰੇਸੀਜ਼ ਕਰੇ ਫਾਰਮਰਸ ਨਾਲ। ਜੀ ਬਹੁਤ ਬਹੁਤ ਧੰਨਵਾਦ ਸੋਨੀਆ ਜੀ।